ਸਸਿਕਾ ਜੀ ਸਾਰਿਆਂ ਨੂੰ ਅੱਜ ਨਵੇਂ ਵੀਜ਼ਾ ਸਕਸੈਸ ਸਟੋਰੀ ਦੇ ਨਾਲ ਹਾਜ਼ਰ ਹੋਏ ਹਾਂ ਜੀ। ਅੱਜ ਕੈਨੇਡਾ ਸਪਾਊਸ ਵੀਜ਼ਾ ਗ੍ਰਾਂਟ ਹੋਇਆ। ਰਿਊਮਰਸ ਬਹੁਤ ਜ਼ਿਆਦਾ ਸੀਗੇ ਲੋਕਾਂ ਦੇ ਕਿ ਸਪਾਊਸ ਵੀਜ਼ਾਸ ਨਹੀਂ ਲੱਗ ਰਹੇ, ਰੂਲਸ ਚੇਂਜ ਹੋ ਗਏ, ਜਿਹੜੇ ਐਪਲੀਕੈਂਟ ਇਕੱਠਿਆਂ ਜਾਣਾ ਚਾਹੁੰਦੇ ਸੀਗੇ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ। ਸੋ ਅੱਜ ਰੀਸੈਂਟ ਇੱਕ ਵੀਡੀਓ ਦੇ ਨਾਲ ਤੇ ਇੱਕ ਰੀਸੈਂਟ ਸਕਸੈਸ ਸਟੋਰੀ ਦੇ ਨਾਲ ਤੁਹਾਡੇ ਨਾਲ ਹਾਜ਼ਰ ਹਾਂ ਜੀ। ਸਪਾਊਸ ਵੀਜ਼ਾ ਗ੍ਰਾਂਟ ਹੋਇਆ ਐਪਲੀਕੈਂਟ ਨੇ ਜੀ ਐਂਜਲ, ਕੰਗ੍ਰੈਚੁਲੇਸ਼ਨ ਜੀ। ਥੈਂਕ ਯੂ ਸਰ। ਸੋ ਇਹਨਾਂ ਦੇ ਸਪਾਊਸ ਰੋਬਿਨ ਦਾ ਵੀਜ਼ਾ ਗ੍ਰਾਂਟ ਹੋਇਆ। ਸੋ ਥੋੜਾ ਜਿਹਾ ਪ੍ਰੋਫਾਈਲ ਬਾਰੇ ਪੁੱਛਣਾ ਚਾਹੁੰਗਾ ਤੁਹਾਨੂੰ, ਕੀ ਪ੍ਰੋਫਾਈਲ ਸੀਗੀ ਜੀ ਤੁਹਾਡੀ? ਸਰ ਮੈਂ ਗ੍ਰੈਜੂਏਸ਼ਨ ਕੀਤੀ ਸੀ ਰੀਸੈਂਟ 2023 ਦੇ ਵਿੱਚ, ਐਂਡ ਉਸ ਤੋਂ ਬਾਅਦ ਫਿਰ ਮੈਂ ਆਈਐਲਟੀਐਸ ਕੀਤੀ ਸੀ, ਐਂਡ ਆਈਐਲਟੀਐਸ ਦੇ ਵਿੱਚ ਮੇਰੇ 6.5 ਸਕੋਰਸ ਸੀ। ਓਕੇ, ਓਮ ਗਲੋਬਲ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਓਕੇ। ਸੋ ਪੇਮੈਂਟ ਜਿਹੜੀ ਹੈ ਮੋਸਟਲੀ ਅਸੀਂ ਕਹਿੰਦੇ ਕਿ ਪੈਸੇ ਲਾਂਗੇ ਜੀ ਵੀਜ਼ਾ ਲੱਗਣ ਤੋਂ ਬਾਅਦ। ਤੁਸੀਂ ਪਹਿਲਾਂ ਪੈਸੇ ਦਿੱਤੇ ਆ ਵੀਜ਼ਾ ਲੱਗਣ ਤੋਂ ਬਾਅਦ? ਆਫਟਰ ਵੀਜ਼ਾ। ਸੋ ਜੇਕਰ ਤੁਸੀਂ ਵੀ ਕੈਨੇਡਾ ਦਾ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ, ਚਾਹੇ ਉਹ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ ਜਾਂ ਫਿਰ ਵਰਕ ਪਰਮਿਟ ਤੇ, ਤੁਸੀਂ ਓਮ ਗਲੋਬਲ ਦੀ ਟੀਮ ਨਾਲ ਰਾਬਤਾ ਕਰ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 9100-9100। ਧੰਨਵਾਦ।